ਤੁਸੀਂ ਇੱਕ ਜੈਨੂਇਨ ਸਟੂਡੈਂਟ ਹੈਗੇ ਹੋ ਜਿਹੜਾ ਝਾਤੀ ਮਾਰੋ ਆਪਣੇ ਅੰਦਰ ਕੀ ਤੁਸੀਂ ਇੱਕ ਜੈਨੂਇਨ ਸਟੂਡੈਂਟ ਹੈਗੇ ਹੋ ਜੇ ਹੈਗੇ ਹੋ ਤਾਂ ਫਿਰ ਤੁਸੀਂ ਡਿਪਲੋਮੇ ਵਾਲੇ ਪਾਸੇ ਕਿਉਂ ਦੇਖਦੇ ਪਿਓ ਤੁਸੀਂ 2 ਸਾਲ ਦਾ ਡਿਪਲੋਮਾ ਇਸ ਕਰਕੇ ਲੈਣਾ ਕਿ 3 ਸਾਲ ਦਾ ਵਰਕ ਪਰਮਿਟ ਮਿਲ ਜਾਊਗਾ ਤੁਹਾਨੂੰ ਪਤਾ ਜਿਹੜਾ ਤੁਸੀਂ 2 ਸਾਲ ਦਾ ਡਿਪਲੋਮਾ ਲੈਂਦੇ ਜੇ ਜਿੰਨੇ ਪੈਸੇ ਤੁਸੀਂ ਉਸ ਕਾਲਜ ਨੂੰ 2 ਸਾਲ ਚ ਦਿੰਦੇ ਜੇ ਉਹੀ ਕੋਰਸ ਸਾਰੇ ਪ੍ਰਾਈਵੇਟ ਕਾਲਜਾਂ ਚ 1 ਸਾਲ ਚ ਅਵੇਲੇਬਲ ਹੈ 1 ਸਾਲ ਦਾ ਵੀ ਮਤਲਬ ਹੈ ਕਿ 8 ਮਹੀਨਿਆਂ ਚ ਖਤਮ ਹੋ ਜਾਂਦਾ ਜੇ ਤੁਸੀਂ ਡਿਪਲੋਮੇ ਚ ਜਾਣਾ ਤੇ ਫਿਰ ਡਿਪਲੋਮਾ 1 ਸਾਲ ਦਾ ਲੋ ਜੇ 2 ਸਾਲ ਲੈ ਕੇ 3 ਸਾਲ ਡਿਗਰੀ ਲੈਣੀ ਹੈ ਜੇ 3 ਸਾਲ ਦਾ ਵਰਕ ਪਰਮਿਟ ਲੈਣਾ ਫਿਰ ਡਿਗਰੀ ਚ ਦਾਖਲਾ ਲੋ ਘੱਟੋ ਘੱਟ ਡਿਗਰੀ ਕਰੋਗੇ ਕੈਨੇਡੀਅਨ ਲੋਕਾਂ ਦੇ ਵਿੱਚ ਖੜੇ ਹੋਣ ਜੁਗੇ ਹੋਵੋਗੇ ਤੁਹਾਡੇ ਟੈਗ ਲੱਗੇਗਾ ਕਿ ਤੁਸੀਂ ਇੱਕ ਡਿਗਰੀ ਹੋਲਡਰ ਹੋ ਕੱਲ ਨੂੰ ਕਿਤੇ ਵੀ ਨੌਕਰੀ ਮੰਗਣ ਜਾਓਗੇ ਡਿਗਰੀ ਵਾਲੇ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਆ ਡਿਪਲੋਮੇ ਵਾਲੇ ਨੂੰ ਨਿੰਦਿਆ ਜਾਂਦਾ ਡਿਪਲੋਮੇ ਔਰ ਡਿਗਰੀ ਚ ਬਹੁਤ ਜ਼ਿਆਦਾ ਫਰਕ ਆ ਡਿਪਲੋਮੇ ਦੀ ਸਾਰੀ ਕਲਾਸ ਚ ਤੁਹਾਨੂੰ ਇੰਟਰਨੈਸ਼ਨਲ ਸਟੂਡੈਂਟ ਮਿਲਨੇ ਆ ਤੁਹਾਡਾ ਕਿਸੇ ਕੈਨੇਡੀਅਨ ਨਾਲ ਵਾਹ ਨਹੀਂ ਪੈਣਾ ਜਦੋਂ ਤੁਸੀਂ ਡਿਗਰੀ ਕਰਨ ਜਾਣੀ ਹੈ ਤੁਹਾਨੂੰ ਹਰ ਇੱਕ ਮੁਲਕ ਦਾ ਬੱਚਾ ਮਿਲਣਾ ਉਥੇ ਕੈਨੇਡੀਅਨ ਬੱਚੇ ਵੀ ਤੁਹਾਡੇ ਨਾਲ ਪੜਨਗੇ ਤੁਸੀਂ ਪ੍ਰੋਪਰ ਇੰਟਰਨੈਸ਼ਨਲ ਐਕਸਪੋਜ਼ਰ ਲੈ ਸਕਦੇ ਜੇ ਅਸੀਂ ਬਾਹਰਲੇ ਕਾਲਜਾਂ ਯੂਨੀਵਰਸਿਟੀਆਂ ਚ ਪੜਨ ਕਿਉਂ ਜਾਂਦੇ ਆ ਤਾਂ ਜੋ ਅਸੀਂ ਉਥੇ ਦਾ ਸੰਸਕਾਰ ਸਿੱਖ ਸਕੀਏ ਉਥੇ ਦੇ ਕਲਚਰ ਸਿੱਖ ਸਕੀਏ ਅਸੀਂ ਇਦਾਂ ਦੇ ਕਾਲਜ ਇਦਾਂ ਦੇ ਕੋਰਸ ਚ ਦਾਖਲਾ ਲੈਂਦੇ ਜਿੱਥੇ ਸਾਰੇ ਹੀ ਅਸੀਂ ਪੰਜਾਬੀ ਹੁੰਨੇ ਆ ਜਿਸ ਕਾਲਜ ਦੇ ਚ ਜਿਸ ਕੋਰਸ ਚ ਉਥੇ ਕੀ ਸਿੱਖਾਂਗੇ ਅਸੀਂ ਸਾਡੀਆਂ ਹਫ਼ਤੇ ਦੇ ਖੀਰਲੇ ਦੋ ਦਿਨ ਤੱਕ ਕਲਾਸਾਂ ਹੁੰਦੀਆਂ। ਬਾਕੀ ਦਿਨ ਅਸੀਂ ਕੰਮ ਕਰਨਾ ਹੁੰਦਾ ਫੀਸ ਕੱਢਣੀ